ਪਰਦਾਸ਼ ਕੋ ਤੁਹਾਡੇ ਆਪਣੇ ਜਸਵਿੰਦਰ ਭੱਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਬੜਾ ਦਿਲ ਕਰ ਰਿਹਾ ਸੀ ਕਿ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਜਾਵੇ ਕਿਉਂਕਿ ਹੁਣੀ ਰੇਡੀਓ ਟੀਵੀ ਤੇ ਜੋ ਨਿਊਜ਼ ਸੁਣਨ ਨੂੰ ਮਿਲੀ ਆ ਕਿ ਲਾਕਡਾਊਨ ਚ ਔਰ ਕਰਫਿਊ ਚ ਐਕਸਟੈਂਸ਼ਨ ਹੋਈ ਆ ਸੋ ਮੇਰੇ प्यारे दर्शक श्रोते फैंस ਕញ្ញਾਂ ਨੂੰ ਬਹੁਤ ਔਖਾ ਲੱਗਿਆ ਹੋਣਾ ਕਿਉਂਕਿ ਅੰਦਰ ਢੱਕ ਕੇ ਬਿਠਾਉਣਾ ਔਖਾ ਤਾਂ ਸਭ ਨੂੰ ਲੱਗਦਾ ਪਰ ਕੀ ਕੀਤਾ ਜਾਵੇ ਹੁਣ ਤਕਰੀਬਨ ਕਹਿ ਸਕਦੇ ਹਾਂ ਕਿ ਜਿਹੜੀ ਮਹਾਮਾਰੀ ਆ ਕਰੋਪੀ ਦਾ ਰੂਪ ਧਾਰਨ ਕਰ ਬੈਠੀ ਆ ਔਰ ਸਾਡਾ ਇੰਡੀਆ ਇਸ ਵੇਲੇ ਦੂਸਰੀ ਸਟੇਜ ਦੇ ਵਿੱਚ ਦੱਸ ਰਹੇ ਨੇ ਅਗਰ ਅਸੀਂ ਥੋੜਾ ਜਿਹਾ ਹੋਰ ਸਬਰ ਦਿਖਾਵਾਂਗੇ ਤਾਂ ਮੈਨੂੰ ਉਮੀਦ ਆ ਵੀ ਅਸੀਂ ਇਸ ਨਾਮਰਾਦ ਵੈਰਸਤੇ ਠੱਲ ਪਾਉਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਸਾਨੂੰ ਪਤਾ ਕਿ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਘਰ ਬੈਠ ਕੇ ਖਾਸ ਕਰ ਉਹਨਾਂ ਗਰੀਬ ਗੁਰਬਿਆਂ ਨੂੰ ਜਿਹੜੇ ਹੈਂਡ ਟੂ ਮਾਉਥ ਨੇ ਜਿਹੜੇ ਸਿਰਫ ਸਵੇਰੇ ਕਮਾਉਂਦੇ ਨੇ ਤੇ ਸ਼ਾਮ ਨੂੰ ਖਾਂਦੇ ਨੇ ਚਾਹੇ ਸਾਡੀਆਂ ਸਰਕਾਰਾਂ ਸਾਡੇ ਪ੍ਰਸ਼ਾਸਨ ਉਹਨਾਂ ਤੱਕ ਫੂਡ ਪੈਕੇਟਸ ਪਹੁੰਚਾਉਣ ਦੇ ਯਤਨਾਂ ਵਿੱਚ ਲੱਗੀਆਂ ਹੋਈਆਂ ਨੇ ਪਰ ਫਿਰ ਵੀ ਜਿੰਨਾ ਤੱਕ ਨਹੀਂ ਪਹੁੰਚ ਪਾਇਆ ਉਹਨਾਂ ਦਾ ਹਾਲ ਪੁੱਛਿਆ ਜਾਣੀ ਹੈ ਮੈਂ ਤਾਂ ਸਿਰਫ ਇੰਨੀ ਕ ਬੇਨਤੀ ਕਰੂੰਗਾ ਕਿ ਕਹਿਣਾ ਆਸਾਨ ਹੁੰਦਾ ਕਰਨਾ ਬਹੁਤ ਔਖਾ ਚਾਹੇ ਕਿੱਡਾ ਵੀ ਤਣਾੜ ਕਿਉਂ ਨਾ ਹੋਵੇ ਓਹੋ ਹਰ ਇੱਕ ਗਰੀਬ ਕੋਲ ਪਹੁੰਚ ਕੇ ਉਹ ਮਦਦ ਨਹੀਂ ਦੇ ਸਕਦਾ ਸਿਰਫ ਇੰਨੀ ਕੁ ਬੇਨਤੀ ਜਰੂਰ ਕਰੂੰਗਾ ਕਿ ਅਗਰ ਅਸੀਂ ਆਪਣੇ ਆਲੇ ਦੁਆਲੇ ਦੇਖੀਏ ਜਾਂ ਆਪਣੇ ਪਰਿਵਾਰ ਦੇ ਵਿੱਚ ਦੇਖੀਏ ਕਿ ਕਿਹੜੇ-ਕਿਹੜੇ ਇਨਸਾਨ ਨੇ ਜਿਹੜੇ ਸਾਡੀ ਮਦਦ ਕਰਦੇ ਨੇ ਸਾਡੇ ਕੰਮ ਸੁਖਾਲੇ ਕਰਦੇ ਨੇ ਸਾਨੂੰ ਹੈਲਪ ਕਰਦੇ ਨੇ ਜਿਨ੍ਹਾਂ ਵਿੱਚ ਸਾਡੇ ਘਰਾਂ ਦੀ ਸਫਾਈ ਵਾਲੇ ਹੋਗੇ ਵਰਤਨ ਵਾਲੀ ਹੋ ਗਈ ਭਾਂਡੇ ਮਾਂਜਣ ਵਾਲੀ ਹੋ ਗਈ ਹੋਰ ਤੁਹਾਡਾ ਮਾਲੀ ਹੋ ਗਿਆ ਹੋਰ ਤੁਹਾਡੇ ਡਰਾਈਵਰ ਹੋ ਗਿਆ ਜਾਂ ਹੋਰ ਵੀ ਜਿੰਨੇ ਹੈਲਪਰ ਤੁਹਾਡੇ ਕੰਮ ਕਰਦੇ ਨੇ ਤੁਹਾਡੇ ਸੁੱਖ ਸਹੂਦਤਾਂ ਲਈ ਅਗਰ ਅਸੀਂ ਸਿਰਫ ਉਹਨਾਂ ਦੇ ਪਰਿਵਾਰਾਂ ਦੀ ਜਿੰਮੇਵਾਰੀ ਲੈ ਲਈਏ ਇਸ ਦੁੱਖ ਦੀ ਘੜੀ ਦੇ ਵਿੱਚ ਮਹੀਨਾ ਲੱਗਦਾ 2 ਮਹੀਨੇ ਲੱਗਦੇ ਆ 3 ਮਹੀਨੇ ਲੱਗਦੇ ਆ ਅਸੀਂ ਉਹਨਾਂ ਤੇ ਘਰੇ ਰਾਸ਼ਨ ਪਹੁੰਚਾਈਏ ਸਿਰਫ ਉਹ ਜਿਹੜੇ ਚਾਰ ਪੰਜ ਬੰਦੇ ਤੁਹਾਡੇ ਹੈਲਪਰ ਨੇ ਇਸੇ ਤਰ੍ਹਾਂ ਅਗਰ ਹਰ ਪਰਿਵਾਰ ਸਿਰਫ ਜਿਹੜੇ ਆਪਣੇ ਨਾਲ ਕਨਸਰਨ ਨੇ ਅਗਰ ਉਹਨਾਂ ਦੀ ਇਹ ਰਖਵਾਲੀ ਕਰ ਲੈਣ ਤਾਂ ਇਦਾਂ ਟੋਪਕਾ ਟੋਪਕਾ ਕਰਕੇ ਮੈਂ ਸਮਝੂਗਾ ਕਿ ਬਹੁਤ ਵੱਡਾ ਮਾਸ ਅਸੀਂ ਕਵਰ ਕਰ ਚੱਕਾ ਕਰ ਲਵਾਂਗੇ ਔਰ ਉਹਨਾਂ ਤੱਕ ਲੋੜੀਂਦੀ ਜਿਹੜੀ ਸਮਗਰੀ ਆ ਉਹ ਅਸੀਂ ਚਾਹੇ ਪੈਸੇ ਦੇ ਰੂਪ ਦੇ ਵਿੱਚ ਚਾਹੇ ਸਮਗਰੀ ਦੇ ਰੂਪ ਦੇ ਵਿੱਚ ਉਹ ਅਸੀਂ ਉਹਨਾਂ ਕੋਲ ਪਹੁੰਚਾ ਸਕਾਂਗੇ ਬਹੁਤ ਸਾਰੇ ਵੀ ਮੈਨੂੰ ਮੈਸੇਜ ਕਰ ਰਹੇ ਨੇ ਮੈਂ ਉਹਨਾਂ ਦਾ ਧੰਨਵਾਦਿਆਂ ਮੈਨੂੰ ਬਹੁਤ ਪਿਆਰ ਮਿਲਦਾ ਤੁਹਾਡੇ ਵੱਲੋਂ ਜਦੋਂ ਵੀ ਮੈਂ ਕੋਈ ਪੋਸਟ ਪਾਉਣਾ ਤੁਸੀਂ ਸਿਰ ਤੇ ਚੱਕ ਲੈਂਦੇ ਹੋ ਅੱਖਾਂ ਤੇ ਚੱਕ ਲੈਂਦੇ ਹੋ ਮੈਂ ਤੁਹਾਡਾ ਰਣੀ ਆ ساری ਉਮਰ ਤੁਸੀਂ ਮੈਨੂੰ ਫਿਲਮਾਂ ਚ ਪਿਆਰ ਦਿੰਦੇ ਹੋ ਮੇਰੇ ਪੋਸਟਾਂ ਨੂੰ ਪਿਆਰ ਦਿੰਦੇ ਹੋ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਣੀ ਆ ਔਰ ਦੂਸਰੀ ਵਿਸਾਖੀ ਮੂਰੀ ਆਈ ਆ ਔਰ ਵਿਸਾਖੀ ਦੀਆਂ ਨੂੰ ਮੁਬਾਰਕਾਂ ਇਸ ਕਹਿ ਸਕਦੇ ਹਾਂ ਅਸੀਂ ਜਿਹੜੀ ਘੜੀ ਆ ਘਰੇ ਬੈਠ ਕੇ ਜਦੋਂ ਹੁਕਮਨਾਮਾ ਜਾਰੀ ਹੋਇਆ ਕਿ ਸਭ ਨੇ ਗੁਰਦੁਆਰੇ ਅੱਜ ਇਕੱਠ ਨਹੀਂ ਕਰਨਾ ਅਸੀਂ ਆਪਣੇ ਘਰੇ ਬੈਠੇ ਬੈਠ ਕੇ ਪਾਠ ਕਰਕੇ ਜਿਹੜੀਆਂ ਵਿਸਾਖੀ ਦੀਆਂ ਖੁਸ਼ੀਆਂ ਨੇ ਉਹ ਸਭ ਮਨਾਉਣੀਆਂ ਨੇ ਮੈਂ ਆਪਣੇ ਫਾਦਰ ਦੀ ਐਗਜ਼ਾਮਪਲ ਦੰਨਾ 86 ਸਾਲ ਦੇ ਨੇ ਮੇਰੇ ਪਾਪਾ ਔਰ ਹਰ ਸੰਗਰਾਮ ਨੂੰ ਉਹ ਕਟਾਣਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਂਦੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਔਰ ਸਾਡੇ 6ਵੇਂ ਪਾਸ਼ਾ ਜੀ ਉੱਥੇ ਪਹੁੰਚੇ ਹੋਏ ਸੀ ਇੱਕ ਵੀ ਸ਼ੰਗਰਾਦ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਜੱਦੀ ਸੁਰਤ ਸੰਭਾਲੀ ਆ ਮਿਸ ਨਹੀਂ ਕੀਤੀ ਸੀ ਕਿਤੇ ਫੋਰਨ ਕੰਟਰੀ ਵੀ ਗਏ ਹੁੰਦੇ ਸੀ ਕਹਿੰਦੇ ਸੀ ਮੇਰੀ ਟਿਕਟ ਦੋ ਦਿਨ ਪਹਿਲਾਂ ਦੀ ਕਰਾ ਦਿਓ ਮੈਂ ਸ਼ੰਗਰਾਦ ਮਿਸ ਨਹੀਂ ਕਰਨੀ ਪਰ ਐਤ ਕੀ ਵਿਸਾਖੀ ਦੀ ਇਹ ਪਹਿਲੀ ਸ਼ੰਗਰਾਦ ਹੋਏਗੀ ਜਿਹੜੀ ਪਾਪਾ ਜਾਣ ਨਹੀਂ ਪਹੁੰੰਗੇ ਉਹ ਇਸ ਕਰਕੇ ਕਿ ਸਾਨੂੰ ਘਰਾਂ ਵਿੱਚ ਬੈਠਣ ਦਾ ਹੁਕਮ ਹੋਇਆ ਕਰਫਿਊ ਲੱਗਿਆ ਲਾਕਡਾਊਨ ਹੋਇਆ ਪਰਮਾਤਮਾ ਜਾਣੀ ਜਾਣ ਸੋ ਉਹ ਜ਼ਰੂਰ ਮਾਫ ਕਰੂਗਾ ਪਰ ਕੀਤਾ ਕੀ ਜਾਵੇ ਕਿਸਾਨਾਂ ਦੀਆਂ ਬਾਡੀਆਂ ਫਸਲਾਂ ਦੀਆਂ ਬਾਡੀਆਂ ਸਿਰ ਤੇ ਪਈਆਂ ਨੇ ਉਹਨਾਂ ਦਾ ਅੰਦਰ ਫੋਲ ਕੇ ਦੇਖੀਏ ਤਾਂ ਐਡਾ ਫਿਗਰ ਕਿਸੇ ਹੋਰ ਨੂੰ ਨਹੀਂ ਹੋ ਸਕਦਾ ਜਿੰਨਾ ਇਸ ਵੇਲੇ ਹਾਲ ਦੀ ਘੜੀ ਕਿਸਾਨਾਂ ਨੂੰ ਆ ਜਿਨ੍ਹਾਂ ਨੇ ਫਸਲ ਸੰਭਾਲ ਲਈਆਂ ਕਦੇ ਵਿਚਾਰਿਆਂ ਨੂੰ ਮੌਸਮ ਦਾ ਡਰ ਆ ਹੁਣ ਕੁਦਰਤ ਦੀ ਮਹਾਮਾਰੀ ਦਾ ਡਰ ਅਗਰ ਉਹ ਵੱਢ ਪਾਉਂਦੇ ਆ ਸਾਰੀ ਬਾਢੀ ਫਿਰ ਉਹਨਾਂ ਨੂੰ ਮਾਰਕੀਟ ਤੱਕ ਲੈ ਕੇ ਜਾਣਾ ਉਹਨਾਂ ਦੀ ਮਾਰਕETING ਕਰਨੀ ਫਸਲਾਂ ਦੀ ਜਿੰਸ ਦੀ ਸੋ ਬਹੁਤ ਵੱਡੀਆਂ ਦੁਬਿਧਾ ਜਿਹੜੀਆਂ ਸਾਡੇ ਸਾਰਿਆਂ ਦੇ ਸਿਰ ਤੇ ਪਈਆਂ ਨੇ ਸੋ ਪ੍ਰਮਾਤਮਾ ਅਗੇ ਅਰਦਾਸ ਹੀ ਕਰ ਸਕਦੇ ਆ ਕਿ ਤੁਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦਾ ਸਿਰ ਤੇ ਪਿਆਰ ਭਰਿਆ ਹੱਥ ਰੱਖ ਕੇ ਔਰ ਸਾਰਿਆਂ ਨੂੰ ਕਰੋਨਾ ਮੁਕਤ ਕਰੋ ਸਭ ਨੇ ਆਪਣੇ ਸੱਚੇ ਦਿਲੋਂ ਅਰਦਾਸ ਕਰਨੀਆਂ ਘਰੇ ਬੈਠ ਕੇ ਔਰ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਜਦੋਂ ਕੋਈ ਦੁੱਖ ਦੀ ਘੜੀ ਆਉਂਦੀ ਹੈ ਤਾਂ ਸਾਨੂੰ ਸਾਡੇ ਗੁਰੂਆਂ ਨੇ ਸਮਝਾਇਆ ਕਿ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਨਾਲ ਮਿਲ ਕੇ ਇੱਕ ਦੂਸਰੇ ਦਾ ਹੌਸਲਾ ਵਧਾ ਕੇ ਅਸੀਂ ਇਸ ਸੰਕਟ ਦੀ ਘੜੀ 'ਚੋਂ ਬਾਹਰ ਨਿਕਲਣਾ ਸੋ ਪਲੀਜ਼ ਇਸ ਦੁੱਖ ਦੀ ਘੜੀ ਦੇ ਵਿੱਚ ਕਿਸੇ ਇੱਕ ਵਰਗ ਨੂੰ ਅਸੀਂ ਨੀਵਾ ਦਿਖਾ ਕੇ ਜਾਂ ਉਹਨਾਂ ਤੇ ਜ਼ਿੰਮੇਵਾਰੀ ਠੋਕ ਕੇ بیا ਠੋਸਤੀ ਆ ਵੀ ਤੁਹਾਡੇ ਕਰਕੇ ਹੋਇਆ ਪਲੀਜ਼ ਅਜਿਹਾ ਨਾ ਕਰੋ ਬਾਕੀ ਮੈਨੂੰ ਕਹਿਣਾ ਪੈ ਰਿਹਾ ਸਾਡੇ ਐਨਆਰਆਈ ਵੀਰ ਸਾਡੇ ਭਰਾ ਸਾਡੇ ਆਪਣੇ ਬੱਚੇ ਸਾਡੇ ਆਪਣੇ ਭਰਾ ਭੈਣ ਜਿਹੜੇ ਬਾਹਰ ਪੜਨ ਗਏ ਨੇ ਕੀ ਤਾਂ ਦਿਲ ਨਹੀਂ ਕਰਦਾ ਆਪਣੇ ਮਾਪਿ-ਮਾਪ ਨੂੰ ਮਿਲਣ ਦਾ ਸੋ ਅਗਰ ਉਹ ਇੱਥੇ ਆਏ ਤੇ ਉਹਨਾਂ ਤੇ ਆਪਾਂ ਇਹ ਇਲਜ਼ਾਮ ਲਾਈਏ ਕਿ ਬਿਮਾਰੀ ਤੁਸੀਂ ਲੈ ਕੇ ਆਏ ਹੋ ਇਹ ਗੱਲ ਸਾਨੂੰ ਸ਼ੋਭਦੀ ਨਹੀਂ ਕਿਉਂਕਿ ਇੱਕ ਮਿੰਟ ਲਈ ਜੇ ਅਸੀਂ ਮੰਨ ਵੀ ਲਈਏ ਕਿ ਸਾਡੇ ਭੈਣ ਭਰਾ ਬਾਹਰੋਂ ਨਾ ਆਉਂਦੇ ਸਾਨੂੰ ਮਿਲਣ ਲਾ ਤਾਕੀ ਸਾਡੇ ਮੁਲਕ ਦੇ ਵਿੱਚ ਹੋਰ ਵਿਸਟਰ ਨਾ ਆਉਣ ਦੇ ਜਿਵੇਂ ਅਸੀਂ ਯੂਰਪ ਵਗੈਰਾ ਘੁੰਮਣ ਜਾਂਦੇ ਆ ਕਿਉਂ ਨਹੀਂ ਕਰੋਨਾ ਲਿਆ ਸਕਦੇ ਸੀ ਹੁਣ ਜੇ ਕੁਦਰਤੀ ਮਹਾਮਾਰੀ ਸਾਰੀ ਦੁਨੀਆ ਤੇ ਹੋਈ ਆ ਤਾਂ ਸਾਡਾ ਫਰਜ਼ ਬਣਦਾ ਅਸੀਂ ਨਾਲ ਮਿਲ ਕੇ ਉਸ ਦਾ ਸਾਹਮਣਾ ਕਰੀਏ ਸੋ ਸਾਡੇ ਇਹ ਉਹੀ ਐਨ ਆਰ ਆਈ ਵੀਰ ਨੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਖੜਦੇ ਨੇ ਪੰਜਾਬ ਦੇ ਵਿਕਾਸ ਲਈ ਸਾਡੇ ਨਾਲ ਖੜਦੇ ਨੇ ਚਾਹੇ ਕੋਈ ਇੰਡਸਟਰੀ ਲਾਉਣੀ ਹੋਵੇ ਚਾਹੇ ਪੰਜਾਬ ਦੇ ਵਿੱਚ ਕਦੇ ਕੋਈ ਹੜ੍ਹਾਂ ਆ ਗਏ ਜਾਂ ਕਿਸੇ ਨੇ ਗੁਰਦੁਆਰਾ ਬਣਾਉਣਾ ਪਿੰਡ 'ਚ ਕਿਸੇ ਨੇ ਕਾਲਜ ਬਣਾਉਣਾ ਕਿਸੇ ਨੇ ਕੁਝ ਕਰਨਾ ਤਾਂ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਵੱਧ ਚੜ ਕੇ ਸਭ ਤੋਂ ਜ਼ਿਆਦਾ ਉਹੀ ਯੋਗਦਾਨ ਪਾਉਂਦੇ ਨੇ ਸੋ ਪਲੀਜ਼ ਮੇਰੇ ਹੱਥ ਬਨ ਕੇ ਬੇਨਤੀ ਆ ਇਹ ਦੁੱਖ ਦੀ ਘੜੀ ਜੇ ਮਿਲੀ ਆ ਤਾਂ ਚੜ੍ਹਦੀ ਕਲਾ 'ਚ ਰਹਿ ਕੇ ਅਸੀਂ ਇਹਦਾ ਮੁਕਾਬਲਾ ਕਰਾਂਗੇ ਨਾ ਕਿ ਸਾਨੂੰ ਚਾਹੀਦਾ ਸੀ ਕਿਸੇ ਇੱਕ ਵਰਗ ਤੇ ਦੋ ਵਰਗ ਤੇ ਕੋਈ ਇਸ ਤਰ੍ਹਾਂ ਦੀ ਦੂਸ਼ਣਵਾਜੀ ਕਰਕੇ ਉਹਨਾਂ ਦਾ ਵੀ ਦਿਲ ਦਿਖਾਈਏ ਹਾਂ ਐਨਆਰਆਈ ਵੀਰਾਂ ਨੂੰ ਮੈਂ ਬੇਨਤੀ ਜ਼ਰੂਰ ਕਰੂੰਗਾ ਅਗਰ ਜਾਣੇ ਅਣਜਾਣੇ ਵਿੱਚ ਉਹਨਾਂ 'ਚੋਂ ਕੋਈ ਪੋਜ਼ਿਟਿਵ ਨੇ ਤਾਂ ਪਲੀਜ਼ ਅਗਰ ਉਹ ਕਦੇ ਬੈਠਣਗੇ ਤਾਂ ਸਭ ਤੋਂ ਵੱਧ ਨੁਕਸਾਨ ਪਹਿਲਾਂ ਆਪਣੇ ਪਰਿਵਾਰ ਦਾ ਕਰਨਗੇ ਉਸ ਤੋਂ ਬਾਅਦ ਨੁਕਸਾਨ ਉਸ ਪਿੰਡ ਦਾ ਤੇ ਫਿਰ ਸਾਡੇ ਪੰਜਾਬ ਦਾ ਹੋਏਗਾ ਸੋ ਉਹਨਾਂ ਨੂੰ ਵੀ ਬੇਨਤੀ ਆ ਅਗਰ ਕੋਈ ਇਸ ਤਰ੍ਹਾਂ ਦੀ ਬਿਮਾਰੀ ਨਾਮਰਾਦ ਉਹਨਾਂ ਨੂੰ ਚਿੰਬੜੀ ਆ ਤਾਂ ਪਲੀਜ਼ ਉਹ 112 ਨੰਬਰ ਤੇ ਡਾਇਲ ਕਰਕੇ ਸਾਡੇ ਪ੍ਰਸ਼ਾਸਨ ਦਾ ਸਾਡੀਆਂ ਸਰਕਾਰਾਂ ਦਾ ਸਾਥ ਦੇਣ ਤਾਂ ਕਿ ਉਹਨਾਂ ਦਾ ਵੀ ਸਮੇਂ ਸਿਰ ਜਿਹੜੀ ਉਹਨਾਂ ਨੂੰ ਸਹੂਲਤ ਆ ਡਾਕਟਰੀ ਉਹ ਦਿੱਤੀ ਜਾਵੇ ਬਾਕੀ ਅਸੀਂ ਸਾਰੇ ਡਾਕਟਰਸ ਨੂੰ ਸਾਰੀਆਂ ਨਰਸਿਸ ਨੂੰ ਔਰ ਸਾਰੇ ਸਫਾਈ ਕਰਮਚਾਰੀਆਂ ਨੂੰ ਔਰ ਇਸ ਵੇਲੇ ਖਾਸ ਕਰ ਪੁਲਿਸ ਵਾਲਿਆਂ ਨੂੰ ਜਿਹੜੇ ਚਾਂਦ ਤਲੀ ਤੇ ਧਰ ਕੇ ਪਹੁੰਚਦੇ ਨੇ ਸਾਡੀ ਰਾਖੀ ਲਈ ਸਾਨੂੰ ਸਮਝਾਉਣ ਲਈ ਸਾਡੀ ਸੇਵਾ ਕਰਦੇ ਨੇ ਫਿਰ ਬੈਂਕਾਂ ਵਾਲੇ ਹੋਏ ਪੋਸਟ ਆਫਿਸ ਵਾਲੇ ਹੋਏ ਹੋਰ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੇ ਜਿਹੜੀਆਂ ਮਹੱਈਆ ਕਰਵਾਉਂਦੇ ਨੇ ਬਾਹਰ ਨਿਕਲ ਕੇ ਸੋ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਸੋ ਸਿਰਫ ਪੰਜ ਗੱਲਾਂ ਦਾ ਧਿਆਨ ਰੱਖਣਾ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆ ਗਿਆ ਲੈਣੀਆਂ ਪੰਜ ਗੱਲਾਂ ਇਹੀ ਨੇ ਵੀ ਜਿੱਥੇ ਅਸੀਂ ਇੰਨਾ ਚਿਰ ਅੰਦਰ ਬਹਿ ਕੇ ਲੋਕਡਾਊਨ ਦੇ ਵਿੱਚ ਸਮਾਂ ਕੱਟਿਆ ਬਸ ਥੋੜਾ ਚਿਰ ਹੋਰ ਸਾਨੂੰ ਸਹਿਯੋਗ ਦਿਓ ਬਲਕਿ ਆਪਣੇ ਆਪ ਨੂੰ ਸਹਿਯੋਗ ਦਿਓ ਸੋ ਪੰਜ ਗੱਲਾਂ ਨੇ ਘਰੇ ਬੈਠੀਏ ਬਿਨਾਂ ਵਜਾ ਬਾਹਰ ਨਾ ਜਾਈਏ ਨੰਬਰ 2 ਅਸੀਂ ਭੀੜ ਭੜਕੇ ਵਾਲੀ ਥਾਂ ਤੇ ਨਾ ਚਾਈਏ ਨੰਬਰ 3 ਆਪਣੇ ਘਰੇ ਕੋਈ ਵੀ ਅਜੇਹਾ ਸਮਾਦਮ ਨਾ ਕਰੀਏ ਜਿੱਥੇ ਲੋਕ ਤੁਹਾਡੇ ਘਰੇ ਆਉਣ ਤੇ ਤੁਹਾਨੂੰ ਕਿਸੇ ਦੇ ਹੋਰ ਘਰੇ ਜਾਣਾ ਪਵੇ ਨੰਬਰ 4 ਸੋਸ਼ਲ ਡਿਸਟੈਂਸਿੰਗ ਜਾਨੀ ਕਿ ਕਟੋ-ਕਟ 2 ਮੀਟਰ ਦੀ ਦੂਰੀ ਇੱਕ ਦੂਸਰੇ ਤੋਂ ਬਣਾ ਕੇ ਰੱਖੋ ਇਹਦਾ ਮਤਲਬ ਹੈ ਸੁਰੱਖਿਅਤ ਠਹਿਰਾ ਨਾ ਕਿ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਹੈ ਵੀ ਇੱਕ ਦੂਸਰੇ ਤੋਂ ਅਸੀਂ ਕੋਈ ਤੋੜ-ਬਿਛੋੜੀ ਕਰਨੀ ਆ ਔਰ ਪੰਜਵੀਂ ਗੱਲ ਕਦੇ ਕਿਸੇ ਦੇ ਗਲੇ ਨਾ ਲੱਗੋ ਹੁਣ ਕਦੇ ਕਿਸੇ ਨਾਲ ਹੱਥ ਨਾ ਮળો ਸਿਰਫ ਦੋਵੇਂ ਹੱਥ ਜੋੜ ਕੇ ਸਸੀ ਕਾ ਬਲਾ ਕੇ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਾਂ ਸੋ ਇਹ ਚੰਗੱਲਾਂ ਨਾਲ ਮੈਂ ਤੁਹਾਨੂੰ ਅੱਗੇ ਲਊਂਗਾ ਬੜਾ ਦਿਲ ਕਰਦਾ ਸੀ ਤੁਹਾਡਾ ਸਾਰਿਆਂ ਦਾ ਥੈਂਕਸ ਕਰਨ ਲਈ ਔਰ ਤੁਹਾਨੂੰ ਮੋਟੀਵੇਟ ਕਰਨ ਲਈ ਸੋ ਤੁਸੀਂ ਮੈਨੂੰ ਪਿਆਰ ਨਾਲ ਸੁਣਿਆ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਬਹੁਤ ਸਾਰੇ ਮੇਰੇ ਫੈਨਸ ਦੇ ਮੈਨੂੰ ਮੈਸੇਜਸ ਨਾ ਆ ਰਹੇ ਨੇ सो so, नवजोत सिंह खिंडा साहब इंजीनियर प्रिंस रजादा और हसन मोहम्मद और रोहित शर्मा जी और मलिक अताफ चैम चौहान सरबजीत सिंह रियाड़ और सुखदीप सिंह जी लिखते हैं चाचा जी पूरी लोकी बदल गई ਬਸ ਤੁਹਾਡੀ ਕਿਰਪਾ ਕਿ ਅਗੇ ਮੋਹ ਜਵਾਨੀ ਚਾਤਰ ਸਿੰਘ ਕਹਿੰਦੇ ਸੀਗੇ ਹੁਣ ਸੱਚੀ ਮੁੱਚੀ ਚਾਤਰ ਸਿੰਘ ਕਹਿੰਦੇ ਨੇ ਚਲੋ ਕਿਸੇ ਹੋਰ ਫਿਲਮ ਦੇ ਵਿੱਚ ਮੈਂ ਤਤਲਾ ਕਰਾਂਗੇ ਭਾਈ ਕੋਈ ਜਵਾਨੀ ਦਾ ਰੋਲ ਦਿਓ ਤੇ ਰੋਲ ਦੇਣ ਕੀ ਦਵਾਨਾ ਮਿਲੂਗਾ ਸ਼ਾਇਦ ਦੁਆਰਾ ਚੱਕ ਲਈਏ ਕਲਫ ਬਹੁਤ ਬਹੁਤ ਧੰਨਵਾਦ ਲਵ ਯੂ ਆਲ ਥੈਂਕ ਯੂ ਵੈਰੀ ਮੱਚ